ਹਾਲੇਲੂਇਆ 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 ਸੱਚੇ ਤੇ ਸਮਰਥੀ ਪਰਮੇਸ਼ਵਰ ਜੀ, ਪ੍ਰਭੂ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਵਰ ਜੀ। ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ, ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪਰਮੇਸ਼ਵਰ ਜੀ, ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ ਸੱਚਮੁੱਚ ਤੁਸੀਂ ਸਾਨੂੰ ਸਭ ਨੂੰ ਖੁਦਾ ਬਾਪ ਇਸ ਯੋਗੇ ਸਮਝਿਆ ਕਿ ਪ੍ਰਭੂ ਅਸੀਂ ਅੱਜ ਇਸ ਸੁੰਦਰ ਅਤੇ ਪਵਿੱਤਰ ਦਿਨ ਨੂੰ ਦੇਖ ਸਕੀਏ। ਮੇਰੇ ਮਹਾਨ ਖੁਦਾ ਬਾਪ, ਅਸੀਂ ਸਭ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਜੀ ਤੁਸੀਂ ਆਪਣੀ ਵੱਡੀ ਦਇਆ ਅਤੇ ਵੱਡੀ ਕਿਰਪਾ ਦੇ ਨਾਲ ਸਾਨੂੰ ਸਭ ਨੂੰ ਖੁਦਾਵਾਂ ਦੇ ਇਸ ਪ੍ਰਾਰਥਨਾ ਦੇ ਵਿੱਚ ਆਪਣੇ ਨਾਲ ਇਕੱਠਿਆਂ ਕੀਤਾ, ਸ਼ਾਮਿਲ ਕੀਤਾ। ਸੱਚਮੁੱਚ ਪ੍ਰਭੂ ਤੁਸੀਂ ਅੱਤ ਮਹਾਨ ਪਰਮੇਸ਼ੁਰ ਹੋ ਮੇਰੇ ਜ਼ਿੰਦਾ ਪ੍ਰਭੂ। ਤੁਹਾਡੇ ਕੰਮ ਸਾਡਿਆਂ ਜੀਵਨਾਂ ਦੇ ਵਿੱਚ ਬਹੁਤ ਵੱਡੇ ਅਤੇ ਅਦਭੁਤ ਹਨ ਮੇਰੇ ਮਹਾਨ ਪਰਮੇਸ਼ੁਰ। ਤੁਸੀਂ ਦਇਆ ਦੇ ਸਾਗਰ ਹੋ ਖੁਦਾ ਬਾਪ। ਤੁਹਾਡੇ ਅੰਦਰ ਹਮੇਸ਼ਾ ਤੁਹਾਡੇ ਬੱਚਿਆਂ ਦੇ ਪ੍ਰਤੀ ਦਇਆ ਭਰੀ ਰਹਿੰਦੀ ਹੈ ਪ੍ਰਭੂ। ਤੁਸੀਂ ਕਦੇ ਵੀ ਸਾਨੂੰ ਇਕੱਲਿਆਂ ਨਹੀਂ ਛੱਡਦੇ, ਕਦੇ ਵੀ ਸਾਨੂੰ ਅਨਾਥ ਨਹੀਂ ਛੱਡਦੇ। ਹਮੇਸ਼ਾ ਪ੍ਰਭੂ ਜੀ ਤੁਸੀਂ ਆਪਣੇ ਪਵਿੱਤਰ ਫਤਿਹਮੰਦ ਸੱਜੇ ਹੱਥ ਦੇ ਨਾਲ ਸਾਨੂੰ ਸੰਭਾਲ ਕੇ ਰੱਖਦੇ ਹੋ ਪ੍ਰਭੂ ਜੀ। ਅੰਧਕਾਰ ਦੀਆਂ ਸਭ ਤਾਕਤਾਂ ਨੂੰ ਤੁਸੀਂ ਸਾਡਿਆਂ ਰਾਹਾਂ ਦੇ ਵਿੱਚੋਂ ਖਤਮ ਕਰਦੇ ਹੋ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਸੱਚਮੁੱਚ ਤੁਹਾਡਾ ਪਵਿੱਤਰ ਪਾਕ ਕਲਾਮ ਸਾਡੇ ਲਈ ਬਿਆਨ ਕਰਦਾ ਹੈ ਕਿ ਪ੍ਰਭੂ ਤੁਸੀਂ ਸਾਡੇ ਨਾਲ ਬਹੁਤ ਵਧੀਕ ਪ੍ਰੇਮ ਕਰਦੇ ਹੋ। ਔਰ ਮੇਰੇ ਜ਼ਿੰਦਾ ਪਰਮੇਸ਼ੁਰ, ਤੁਹਾਡਾ ਪ੍ਰੇਮ ਨਿਸਵਾਰਥ ਅਤੇ ਸੱਚਾ ਪ੍ਰੇਮ ਹੈ। ਸੱਚਮੁੱਚ ਮੇਰੇ ਮਹਾਨ ਖੁਦਾ ਬਾਪ, ਅਸੀਂ ਆਪਣੀ ਇੱਛਾ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਇਕੱਠੇ ਨਹੀਂ ਹੋਏ। ਸੱਚਮੁੱਚ ਪ੍ਰਭੂ ਜੀ, ਇਹ ਤੁਹਾਡਾ ਪ੍ਰੇਮ ਸੀ ਜੋ ਤੁਸੀਂ ਸਾਨੂੰ ਸਭ ਨੂੰ ਵੱਖ ਵੱਖ ਜਗ੍ਹਾਵਾਂ ਦੇ ਉੱਪਰੋਂ ਲੈ ਕੇ ਆਏ, ਇਸ ਪ੍ਰਾਰਥਨਾ ਦੇ ਵਿੱਚ ਸਾਨੂੰ ਸ਼ਾਮਿਲ ਕੀਤਾ। ਇੱਕ ਵੱਡੀ ਚੰਗਿਆਈ ਅਤੇ ਵੱਡੀ ਬਰਕਤ ਸਾਨੂੰ ਦੇਣ ਦੇ ਲਈ, ਕਿਉਂ ਜੋ ਮੇਰੇ ਜ਼ਿੰਦਾ ਪਰਮੇਸ਼ੁਰ ਸਾਨੂੰ ਚੰਗਿਆਈ ਅਤੇ ਬਰਕਤਾਂ ਦੇਣ ਵਾਲੇ ਜ਼ਿੰਦਾ ਯਹੋਵਾ ਤੁਸੀਂ ਹੋ। ਸੱਚਮੁੱਚ ਮੇਰੇ ਮਹਾਨ ਖੁਦਾ ਬਾਪ, ਤੁਸੀਂ ਆਪਣੇ ਵਾਅਦਿਆਂ ਦੇ ਸੱਚੇ ਪਰਮੇਸ਼ੁਰ ਹੋ ਪ੍ਰਭੂ ਜੀ। ਜੋ ਵੀ ਵਾਅਦੇ ਤੁਸੀਂ ਆਪਣੇ ਪਵਿੱਤਰ ਕਲਾਮ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਕੀਤੇ ਹਨ, ਸੱਚਮੁੱਚ ਖੁਦਾ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਵਾਅਦੇ ਝੂਠੇ ਵਾਅਦੇ ਨਹੀਂ, ਉਹ ਵਾਅਦੇ ਸੱਚੇ ਵਾਅਦੇ ਹਨ। ਤੁਹਾਡੇ ਵਚਨ 'ਚ ਲਿਖਿਆ, ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ, ਮੇਰਾ ਪਵਿੱਤਰ ਆਤਮਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦਾ ਹੈ। ਸੱਚਮੁੱਚ ਪ੍ਰਭੂ ਜੀ, ਅੱਜ ਤੁਹਾਡਾ ਪਵਿੱਤਰ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ। ਸਾਡੀ ਪ੍ਰਾਰਥਨਾ ਨੂੰ, ਸਾਡੀ ਬੇਨਤੀ ਨੂੰ ਸੁਣ ਕੇ ਪੂਰੀਆਂ ਕਰਨ ਦੇ ਲਈ ਸੱਚਮੁੱਚ ਮੇਰੇ ਮਹਾਨ ਖੁਦਾ ਬਾਪ, ਤੁਸੀਂ ਹਮੇਸ਼ਾ ਸਾਡੀ ਆਵਾਜ਼ ਨੂੰ ਸੁਣਦੇ ਜੇ, ਕਿਉਂ ਜੋ ਤੁਸੀਂ ਦੂਰ ਦੇ ਨਹੀਂ, ਤੁਸੀਂ ਨੇੜੇ ਦੇ ਪਰਮੇਸ਼ੁਰ ਜੇ ਪ੍ਰਭੂ। ਤੁਸੀਂ ਚਾਹੁੰਦੇ ਹੋ ਤੁਹਾਡੇ ਬੇਟੇ ਅਤੇ ਤੁਹਾਡੀਆਂ ਬੇਟੀਆਂ ਕੇਵਲ ਤੁਹਾਨੂੰ ਹੀ ਪੁਕਾਰਨ। ਤੁਹਾਡੇ ਵਚਨ 'ਚ ਲਿਖਿਆ, ਤੂੰ ਦੁੱਖ ਦੇ ਵੇਲੇ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ। ਸੱਚਮੁੱਚ ਤੁਸੀਂ ਸਾਡੀ ਆਵਾਜ਼ ਨੂੰ ਨੇੜੇ ਹੋ ਕੇ ਸੁਣਦੇ ਹੋ, ਸਾਡੀ ਹਰੇਕ ਪ੍ਰਾਰਥਨਾ ਹਰੇਕ ਬੇਨਤੀ ਦਾ ਸਾਨੂੰ ਉੱਤਰ ਦਿੰਦੇ ਜੇ ਪ੍ਰਭੂ। ਤੁਹਾਡੇ ਵਚਨ ਦੇ ਵਿੱਚ ਲਿਖਿਆ, ਤੁਸੀਂ ਕਿਹਾ, ਮੈਂ ਦੁਖੀਏ ਦੇ ਦੁੱਖ ਨੂੰ ਕਦੇ ਵੀ ਤੁਛ ਨਹੀਂ ਜਾਣਦਾ, ਨਾ ਉਹਨਾਂ ਦੇ ਜ਼ਖਮਾਂ ਤੋਂ ਕਿਣ ਕਰਦਾ ਹਾਂ। ਸੱਚਮੁੱਚ ਪਰਮੇਸ਼ੁਰ, ਤੁਸੀਂ ਦੁਖੀਏ ਦੇ ਦੁੱਖਾਂ ਨੂੰ ਸੁੱਖਾਂ ਦੇ ਵਿੱਚ
ਬਦਲਣ ਵਾਲੇ ਜ਼ਿੰਦਾ ਪਰਮੇਸ਼ੁਰ ਜੀ, ਔਰ ਉਹਨਾਂ ਦੇ ਜ਼ਖਮਾਂ ਨੂੰ ਨਰੋਇਆ ਕਰਨ ਵਾਲੇ ਮਹਾਨ ਪਰਮੇਸ਼ੁਰ ਜੀ, ਖੁਦਾ ਬਾਬ ਅਸੀਂ ਸਭ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ ਤੁਸੀਂ ਹਰ ਰੋਜ਼ ਸਾਨੂੰ ਖਾਣ ਦੇ ਲਈ ਭੋਜਨ ਦਿੰਦੇ ਹੋ, ਪਹਿਨਣ ਦੇ ਲਈ ਪ੍ਰਭੂ ਸਾਨੂੰ ਕੱਪੜੇ ਦਿੰਦੇ ਹੋ, ਸੁੰਦਰ ਸਾਹ ਖੁਦਾ ਬਾਬ ਜੋ ਕੇਵਲ ਸਾਨੂੰ ਤੁਹਾਡੇ ਵੱਲੋਂ ਹੀ ਮਿਲਦੇ ਹਨ। ਔਰ ਪ੍ਰਭੂ ਜੀ ਤੁਸੀਂ ਬੀਤੇ ਸਮੇਂ ਦੇ ਵਿੱਚ ਵੀ ਸਾਨੂੰ ਸੰਭਾਲ ਕੇ ਰੱਖਿਆ, ਸਾਡੇ ਪਰਿਵਾਰ ਨੂੰ ਸੰਭਾਲਿਆ, ਬੱਚਿਆਂ ਨੂੰ ਸੰਭਾਲਿਆ, ਰਾਹਾਂ ਦੇ ਵਿੱਚ ਵੀ ਪ੍ਰਭੂ ਜੀ ਤੁਸੀਂ ਸਾਡੀ ਮਦਦ ਅਤੇ ਸਹਾਇਤਾ ਕੀਤੀ ਆਪਣੇ ਪਵਿੱਤਰ ਪਾਕ ਸਵਰਗ ਦੂਤਾਂ ਦੇ ਨਾਲ। ਅੰਧਕਾਰ ਦੀਆਂ ਸਭ ਤਾਕਤਾਂ ਨੂੰ ਪ੍ਰਭੂ ਜੀ ਤੁਸੀਂ ਸਾਡਿਆਂ ਰਾਹਾਂ ਦੇ ਵਿੱਚੋਂ ਖਤਮ ਕੀਤਾ, ਮੇਰੇ ਮਹਾਨ ਪਰਮੇਸ਼ੁਰ, ਸਾਡੇ ਉੱਬੜ ਖਾਬੜ ਰਾਹਾਂ ਨੂੰ ਪ੍ਰਭੂ ਜੀ ਤੁਸੀਂ ਆਪਣੀ ਸਮਰਥਾ ਦੇ ਨਾਲ ਪੱਧਰਿਆਂ ਕੀਤਾ। ਔਰ ਮੇਰੇ ਮਹਾਨ ਪਰਮੇਸ਼ੁਰ ਜੀ, ਸੱਚਮੁੱਚ ਤੁਸੀਂ ਰਾਤ ਭਰ ਵੀ ਸਾਨੂੰ ਸੰਭਾਲਿਆ ਮਿੱਠੀ ਅਤੇ ਪਿਆਰੀ ਨੀਂਦ ਦੇ ਕੇ। ਔਰ ਮੇਰੇ ਜ਼ਿੰਦਾ ਪ੍ਰਭੂ, ਅੱਜ ਤੁਸੀਂ ਆਪਣੇ ਵਾਅਦੇ ਦੇ ਅਨੁਸਾਰ ਸਾਨੂੰ ਸਭ ਨੂੰ ਇਸ ਮਿੱਠੀ ਨੀਂਦ ਤੋਂ ਜਗਾਇਆ, ਇਸ ਪਵਿੱਤਰ ਪਾਕ ਦਿਨ ਨੂੰ ਦਿਖਾਇਆ ਪ੍ਰਭੂ, ਜਿਸ ਦੀ ਰਚਨਾ ਤੁਸੀਂ ਆਪਣੇ ਮਹਾਨ ਹੁਕਮਾਂ ਦੇ ਨਾਲ, ਮਹਾਨ ਸ਼ਬਦਾਂ ਦੇ ਨਾਲ ਕੀਤੀ ਸੀ। ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਇਹ ਧਰਤੀ ਬੇਡੋਲ ਸੀ, ਸੁੰਜੀ ਸੀ, ਸੱਚਮੁੱਚ ਪਰਮੇਸ਼ੁਰ ਤੁਸੀਂ ਆਪਣਾ ਹੁਕਮ ਦਿੱਤਾ ਕਿ ਚਾਨਣ ਹੋ ਜਾਏ, ਧਰਤੀ ਦੇ ਉੱਪਰ ਚਾਨਣ ਹੋਇਆ, ਤੁਸੀਂ ਉਸ ਚਾਨਣ ਨੂੰ ਦੇਣ ਆਖਿਆ। ਆਪਣੇ ਸ਼ਬਦਾਂ ਦੇ ਨਾਲ ਪਰਮੇਸ਼ੁਰ ਤੁਸੀਂ ਦਿਨ ਨੂੰ ਰਾਤ ਤੋਂ ਵੱਖਰਿਆਂ ਕੀਤਾ, ਆਪਣੇ ਸ਼ਬਦਾਂ ਦੇ ਨਾਲ ਪਾਣੀਆਂ ਨੂੰ ਇਕੱਠਿਆਂ ਕੀਤਾ। ਔਰ ਸੱਚਮੁੱਚ ਪ੍ਰਭੂ ਤੁਸੀਂ ਆਪਣੇ ਹੁਕਮਾਂ ਦੇ ਨਾਲ ਹੀ ਇਸ ਪੂਰੀ ਸ੍ਰਿਸ਼ਟੀ ਨੂੰ ਸਾਜਿਆ। ਔਰ ਪਰਮੇਸ਼ੁਰ ਸੱਚਮੁੱਚ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਇਸ ਸ੍ਰਿਸ਼ਟੀ ਨੂੰ ਤੁਸੀਂ ਸਾਡੇ ਲਈ ਸਾਜਿਆ ਤਾਂ ਜੋ ਅਸੀਂ ਇਸ ਵਿੱਚ ਵਾਸ ਕਰ ਸਕੀਏ, ਇਸ ਦੇ ਅਸੀਂ ਅਧਿਕਾਰੀ ਹੋ ਸਕੀਏ। ਔਰ ਮੇਰੇ ਜ਼ਿੰਦਾ ਪਰਮੇਸ਼ੁਰ, ਸੱਚਮੁੱਚ ਇਸ ਦਿਨ ਦੇ ਦੁਆਰਾ ਅਸੀਂ ਤੁਹਾਡੀ ਸਮਰਥਾ ਨੂੰ ਆਪਣੇ ਜੀਵਨ 'ਚ ਉਤਰਦੀ ਹੋਈ ਦੇਖ ਰਹੇ ਹਾਂ ਕਿ ਤੁਹਾਡਾ ਆਤਮਾ ਸਾਡੇ ਲਈ ਅੱਜ ਵੀ ਕੰਮ ਕਰ ਰਿਹਾ ਹੈ। ਸੱਚਮੁੱਚ ਪ੍ਰਭੂ ਜੀ, ਬਹੁਤ ਸਾਰੇ ਲੋਕ ਇਸ ਸੁੰਦਰ ਅਤੇ ਪਵਿੱਤਰ ਦਿਨ ਦਾ ਆਨੰਦ ਨਹੀਂ ਮਾਣ ਸਕੇ, ਪਰ ਮੇਰੇ ਜ਼ਿੰਦਾ ਪ੍ਰਭੂ ਤੁਸੀਂ ਆਪਣੀ ਵੱਡੀ ਕਿਰਪਾ ਨੂੰ ਸਾਡੇ ਉੱਪਰ ਪ੍ਰਗਟ ਕੀਤਾ, ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ। ਸੱਚਮੁੱਚ ਪ੍ਰਭੂ, ਤੂੰ ਮੇਰਾ ਬਲ ਹੈ, ਤੂੰ ਮੇਰੀ ਬੁੱਧੀ ਹੈ, ਤੂੰ ਮੇਰੀ ਚਟਾਨ ਹੈ। ਪ੍ਰਭੂ ਤੁਸੀਂ ਸਾਡੇ ਮਸਤਕ ਨੂੰ ਉੱਚਿਆਂ ਕਰਦੇ ਹੋ, ਸਾਨੂੰ ਪੂਛ ਨਹੀਂ ਸਿਰ ਠਹਿਰਾਉਂਦੇ ਜੇ, ਸਭ ਜਾਤੀਆਂ ਦੇ ਨਾਲੋਂ ਸਾਨੂੰ ਉੱਚਿਆਂ ਕਰਕੇ ਸਾਡੀ ਸ਼ਰਮਿੰਦਗੀ ਨੂੰ ਸਾਥੋਂ ਦੂਰ ਕਰਦੇ ਹੋ। ਸੱਚਮੁੱਚ ਖੁਦਾ ਬਾਪ, ਇਹਨਾਂ ਸ਼ਬਦਾਂ ਦੇ ਦੌਰਾਨ ਮੈਂ ਤੁਹਾਡੇ ਨਾਮ ਦੀ ਜਿੰਨੀ ਵੀ ਮਹਿਮਾ ਜਾਂ ਜਿੰਨੀ ਵੀ ਵਡਿਆਈ ਕਰਾਂ, ਮੇਰੇ ਜ਼ਿੰਦਾ ਪ੍ਰਭੂ, ਉਹ ਘੱਟ ਹੈ, ਪਰ ਤੁਹਾਡੇ ਉਪਕਾਰ ਅਤੇ ਤੁਹਾਡੀ ਦਇਆ ਅੱਤ ਵਧੀਕ ਹੈ ਸਾਡਿਆਂ ਜੀਵਨਾਂ ਦੇ ਵਿੱਚ। ਪ੍ਰਭੂ ਜੀ, ਅਸੀਂ ਅੱਜ ਤੁਹਾਡੇ ਕੋਲੋਂ ਮਾਫ਼ੀ ਮੰਗਦੇ ਹਾਂ, ਅਗਰ ਬੀਤੇ ਸਮੇਂ 'ਚ ਅਸੀਂ ਤੁਹਾਡੇ ਕਲਾਮ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਬਦੀ, ਅਪਰਾਧ ਜਾਂ ਕੋਈ ਗੁਨਾਹ ਕਰ ਬੈਠੇ ਹੋਈਏ ਪ੍ਰਭੂ, ਜਿਸ ਤੋਂ ਅਸੀਂ ਅਣਜਾਣ ਹੋਈਏ। ਤੁਹਾਡੇ ਵਚਨ ਦੇ ਵਿੱਚ ਲਿਖਿਆ, ਜੋ ਲੋਕ ਮੂੰਹ ਤੋਂ ਅੰਗੀਕਾਰ ਕਰਕੇ ਆਪਣੇ ਹਰੇਕ ਪਾਪ ਦਾ ਪਸ਼ਚਾਤਾਪ ਕਰ ਲੈਂਦੇ ਹਨ, ਸੱਚਮੁੱਚ ਪ੍ਰਭੂ ਤੁਸੀਂ ਉਹਨਾਂ ਨੂੰ ਮਾਫ਼ ਕਰ ਦਿੰਦੇ ਹੋ। ਸੱਚਮੁੱਚ ਪਰਮੇਸ਼ੁਰ, ਤੁਸੀਂ ਸਾਡੇ ਲਈ ਆਪਣੇ ਪਵਿੱਤਰ ਲਹੂ ਨੂੰ ਬਹਾਇਆ ਤਾਂ ਜੋ ਗਲਤੀਆਂ ਗੁਨਾਹਾਂ ਦੀ ਸਜ਼ਾ ਸਾਡੀ ਸੱਚਮੁੱਚ ਮਾਫ਼ ਹੋ ਸਕੇ। ਔਰ ਪਰਮੇਸ਼ੁਰ, ਆਪਣੇ ਪਵਿੱਤਰ ਲਹੂ ਨੂੰ ਬਹਾ ਕੇ ਤੁਸੀਂ ਸਾਨੂੰ ਨਵਾਂ ਜੀਵਨ ਦਿੱਤਾ। ਸੱਚਮੁੱਚ ਖੁਦਾ ਬਾਪ, ਇਸ ਜੀਵਨ ਨੂੰ ਅਸੀਂ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਪਦੇ ਹਾਂ। ਔਰ ਪਰਮੇਸ਼ੁਰ, ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਸੱਚਮੁੱਚ ਅਸੀਂ ਮੁੜ ਦੁਬਾਰਾ ਉਸ ਪਾਪ ਦੀ ਗੁਲਾਮੀ ਦੇ ਵਿੱਚ ਨਾ ਜਾਈਏ ਜਿਸ ਗੁਲਾਮੀ 'ਚੋਂ ਪ੍ਰਭੂ ਤੁਸੀਂ ਸਾਨੂੰ ਕੱਢਿਆ ਹੈ। ਔਰ ਮੇਰੇ ਜ਼ਿੰਦਾ ਪ੍ਰਭੂ, ਜੋ ਲੋਕ ਅਜੇ ਵੀ ਪਾਪ 'ਚ
ਨਸ਼ਿਆਂ 'ਚ, ਵਿਭਿਆਚਾਰੀ 'ਚ, ਬੁਰਿਆਈ ਦੇ ਵਿੱਚ ਡੁੱਬੇ ਹੋਏ ਹਨ। ਖੁਦਾ ਬਾਬ ਹਰੇਕ ਦੇ ਲਈ ਪ੍ਰਾਰਥਨਾ ਕਰ ਦੇਂਗੇ, ਤੁਹਾਡਾ ਆਤਮਾ ਹਰੇਕ ਜਨ ਨੂੰ ਬਚਾਵੇ ਧਰਤੀ ਦੇ ਉੱਪਰ। ਔਰ ਪ੍ਰਭੂ, ਜਿਸ ਤਰ੍ਹਾਂ ਤੁਸੀਂ ਸਾਡੀ ਚੋਣ ਕੀਤੀ, ਹਰੇਕ ਜਨ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ ਚੁਣਿਆ ਜਾਵੇ, ਔਰ ਪ੍ਰਭੂ ਤੁਸੀਂ ਬਚਾ ਚੁੱਕੇ ਜੇ। ਖੁਦਾ ਬਾਬ, ਅੱਜ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਹਨ ਜਾਂ ਇਸ ਪ੍ਰਾਰਥਨਾ ਨੂੰ ਇੱਕ ਮਨ ਇੱਕ ਚਿੱਤ ਲਾ ਕੇ ਸੁਣ ਰਹੇ ਹਨ, ਹਰੇਕ ਦੇ ਜੀਵਨ ਦੇ ਲਈ ਪ੍ਰਾਰਥਨਾ ਕਰਦੇ ਹਾਂ। ਸੱਚਮੁੱਚ ਪਰਮੇਸ਼ੁਰ, ਜਿਨ੍ਹਾਂ ਨੂੰ ਅੱਜ ਇਕੱਲਾਪਨ ਮਹਿਸੂਸ ਹੁੰਦਾ ਹੈ, ਸੱਚਮੁੱਚ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਰਿਸ਼ਤੇਦਾਰਾਂ ਦੇ, ਸੱਚਮੁੱਚ ਸਕਿਆਂ ਦੇ ਦੁਆਰਾ ਛੱਡ ਦਿੱਤਾ ਗਿਆ ਹੈ, ਰੱਦ ਕਰ ਦਿੱਤਾ ਗਿਆ ਹੈ, ਸੱਚਮੁੱਚ ਪਰਮੇਸ਼ੁਰ ਤੁਸੀਂ ਕਦੇ ਵੀ ਕਿਸੇ ਇਨਸਾਨ ਨੂੰ ਇਕੱਲਿਆਂ ਨਹੀਂ ਛੱਡਦੇ। ਤੁਹਾਡੇ ਵਚਨ 'ਚ ਲਿਖਿਆ ਹੈ, ਸੱਚਮੁੱਚ ਤੁਸੀਂ ਸਾਨੂੰ ਕਦੇ ਵੀ ਇਕੱਲਿਆਂ ਨਹੀਂ ਛੱਡਦੇ। ਤੁਹਾਡੇ ਵਚਨ ਮੱਤੀ 28:20 ਵਿੱਚ ਲਿਖਿਆ, ਵੇਖੋ ਮੈਂ ਯੁੱਗਾਂ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਸੱਚਮੁੱਚ ਪਰਮੇਸ਼ੁਰ, ਤੁਸੀਂ ਯੁੱਗਾਂ ਦੇ ਅੰਤ ਤੀਕਰ ਸਾਡੇ ਨਾਲ ਹੋ, ਤੁਸੀਂ ਸਾਨੂੰ ਕਦੇ ਵੀ ਇਕੱਲਿਆਂ ਨਹੀਂ ਛੱਡਦੇ। ਕਿ ਇਨਸਾਨ ਇਨਸਾਨ ਨੂੰ ਛੱਡ ਸਕਦਾ ਹੈ, ਪਰ ਤੁਸੀਂ ਸਾਨੂੰ ਕਦੇ ਵੀ ਨਹੀਂ ਛੱਡਦੇ। ਮੇਰੇ ਜ਼ਿੰਦਾ ਪਰਮੇਸ਼ੁਰ, ਸੱਚਮੁੱਚ ਤੁਸੀਂ ਜਾਣਦੇ ਜੇ ਅੱਜ ਇਹਨਾਂ ਦੇ ਦੁੱਖ ਦਾ ਕਾਰਨ, ਤੁਸੀਂ ਜਾਣਦੇ ਜੇ ਕਿਸ ਇਨਸਾਨ ਇਹਨਾਂ ਨੂੰ ਛੱਡ ਦਿੱਤਾ ਹੈ। ਸੱਚਮੁੱਚ ਮੇਰੇ ਮਹਾਨ ਪ੍ਰਭੂ, ਤੁਹਾਡੇ ਕੋਲੋਂ ਕੁਝ ਵੀ ਛੁਪਿਆ ਹੋਇਆ ਨਹੀਂ ਹੈ। ਮੇਰੇ ਜ਼ਿੰਦਾ ਪ੍ਰਭੂ, ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਖੁਦਾ, ਸੱਚਮੁੱਚ ਜੋ ਵੀ ਸ਼ੈਤਾਨ ਨੇ, ਜੋ ਵੀ ਦੁਸ਼ਟ ਨੇ ਇਹਨਾਂ ਦਾ ਚੁਰਾਇਆ ਹੈ, ਸੱਚਮੁੱਚ ਪਰਮੇਸ਼ੁਰ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਕਿ ਅੱਜ ਤੁਹਾਡਾ ਆਤਮਾ ਇਹਨਾਂ ਦਾ ਹਰੇਕ ਚੁਰਾਇਆ ਇਹਨਾਂ ਨੂੰ ਵਾਪਸ ਮਿਲੇ, ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ ਦੇ ਵਿੱਚ। ਔਰ ਖੁਦਾ ਬਾਬ, ਤੁਹਾਡੇ ਵਚਨ ਯਹੂੰਨਾ 14:16 ਦੇ ਵਿੱਚ ਲਿਖਿਆ, ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਤੇ ਉਹ ਤੁਹਾਨੂੰ ਦੂਜਾ ਸਹਾਇਕ ਬਖਸ਼ੇਗਾ, ਭਾਈ ਉਹ ਸਦਾ ਤੁਹਾਡੇ ਸੰਗ ਰਹੇਗਾ। ਸੱਚਮੁੱਚ ਪਰਮੇਸ਼ੁਰ, ਤੁਸੀਂ ਸਾਨੂੰ ਦੂਜਾ ਸਹਾਇਕ ਆਪਣਾ ਦਿੱਤਾ ਹੈ, ਤੁਸੀਂ ਸਾਨੂੰ ਪਵਿੱਤਰ ਆਤਮਾ ਦਿੱਤਾ ਹੈ ਜੋ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਸੱਚਮੁੱਚ ਪਰਮੇਸ਼ੁਰ, ਇਹ ਲੋਕ ਅੱਜ ਇਕੱਲੇ ਨਹੀਂ ਹਨ, ਇਹ ਲੋਕਾਂ ਦੇ ਨਾਲ ਪ੍ਰਭੂ ਤੁਹਾਡਾ ਪਵਿੱਤਰ ਆਤਮਾ ਮੌਜੂਦ ਹੈ। ਇਹ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ, ਇਹ ਕਦੇ ਵੀ ਆਪਣੇ ਆਪ ਨੂੰ ਨਿਰਾਸ਼ਾ ਦੇ ਵਿੱਚ ਨਾ ਸਮਝਣ। ਸੱਚਮੁੱਚ ਇਹ ਲੋਕ ਜਾਣਨ ਕਿ ਇਹਨਾਂ ਦੇ ਨਾਲ ਪਰਮੇਸ਼ੁਰ ਦਾ ਪਵਿੱਤਰ ਆਤਮਾ ਹੈ। ਔਰ ਸੱਚਮੁੱਚ ਪਰਮੇਸ਼ੁਰ, ਤੁਹਾਡੇ ਵਚਨ ਜ਼ਬੂਰ 34:18 ਦੇ ਵਿੱਚ ਲਿਖਿਆ, ਯਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਅਤੇ ਕੁਚਲਿਆਂ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ। ਸੱਚਮੁੱਚ ਪਰਮੇਸ਼ੁਰ, ਜੋ ਇਨਸਾਨ ਅੰਦਰੋਂ ਟੁੱਟ ਜਾਂਦੇ ਹਨ, ਪਰੇਸ਼ਾਨੀਆਂ ਦੇ ਵਿੱਚ ਗਿਰੇ ਹੁੰਦੇ ਹਨ, ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਸੱਚਮੁੱਚ ਮੇਰੇ ਮਹਾਨ ਪਰਮੇਸ਼ੁਰ ਜੀ, ਤੁਸੀਂ ਹਮੇਸ਼ਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੁੰਦੇ ਹੋ ਔਰ ਕੁਚਲਿਆਂ ਆਤਮਾ ਵਾਲਿਆਂ ਨੂੰ ਬਚਾਉਂਦੇ ਹੋ। ਸੱਚਮੁੱਚ ਮੇਰੇ ਮਹਾਨ ਪਰਮੇਸ਼ੁਰ, ਇਹ ਤੁਹਾਡਾ ਪ੍ਰੇਮ ਹੈ ਕਿ ਤੁਸੀਂ ਹਮੇਸ਼ਾ ਸਾਡੀ ਅਗਵਾਈ ਕਰਦੇ ਹੋ, ਤੁਸੀਂ ਹਮੇਸ਼ਾ ਸਾਡੀ ਰੱਖਿਆ ਕਰਦੇ ਹੋ। ਮੇਰੇ ਜ਼ਿੰਦਾ ਖੁਦਾ ਬਾਬ, ਤੁਹਾਡੇ ਵਚਨ ਜ਼ਬੂਰ 27:10 ਦੇ ਵਿੱਚ ਲਿਖਿਆ, ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾ ਮੈਨੂੰ ਸੰਭਾਲੇਗਾ। ਸੱਚਮੁੱਚ ਤੁਹਾਡੇ ਵਚਨ ਦੇ ਵਿੱਚ ਲਿਖਿਆ, ਇਨਸਾਨ ਇਨਸਾਨ ਨੂੰ ਛੱਡ ਸਕਦਾ ਹੈ ਕਿਉਂ ਜੋ ਉਹਦੇ ਖੂਨ ਦੇ ਵਿੱਚ ਪਾਪ ਹੈ, ਪਰ ਪਰਮੇਸ਼ੁਰ ਸੱਚਮੁੱਚ ਤੁਸੀਂ ਸਾਡੇ ਲਈ ਖੁਦਾ ਬਾਬ ਬਿਨਾਂ ਪਾਪ ਤੋਂ ਜਨਮ ਲਿਆ ਤਾਂ ਜੋ ਪਰਮੇਸ਼ੁਰ ਸਾਡਾ ਛੁਟਕਾਰਾ ਹੋ ਸਕੇ, ਸਾਡੇ ਜੀਵਨ ਦੇ ਵਿੱਚ ਆਜ਼ਾਦੀ ਮਿਲ ਸਕੇ। ਮੇਰੇ ਜ਼ਿੰਦਾ ਪਰਮੇਸ਼ੁਰ ਜੀ, ਸੱਚਮੁੱਚ ਅੱਜ ਤੁਹਾਡਾ ਆਤਮਾ ਇਹਨਾਂ ਦੀ ਅਗਵਾਈ ਕਰੇਗਾ, ਤੁਹਾਡਾ ਆਤਮਾ ਕਦੇ ਵੀ ਇਹਨਾਂ ਨੂੰ ਨਿਰਾਸ਼ਾ ਦੇ ਵਿੱਚ ਨਹੀਂ ਰਹਿਣ ਦੇਵੇਗਾ। ਮੇਰੇ ਜ਼ਿੰਦਾ ਪਰਮੇਸ਼ੁਰ, ਸੱਚਮੁੱਚ ਤੁਹਾਡੇ ਵਚਨ ਜ਼ਬੂਰ 9:10 ਦੇ ਵਿੱਚ ਲਿਖਿਆ, ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ, ਕਿਉਂ ਜੋ ਹੇ ਯਹੋਵਾ ਤੈਂ ਆਪਣੇ ਤਾਲਿਬਾਂ ਨੂੰ ਤਿਆਗ ਨਾ ਦਿੱਤਾ।
ਸੱਚਮੁੱਚ ਮੇਰੇ ਜ਼ਿੰਦਾ ਪਰਮੇਸ਼ੁਰ ਜੀ, ਜੋ ਲੋਕ ਤੁਹਾਡੇ ਉੱਪਰ ਵਿਸ਼ਵਾਸ ਰੱਖਦੇ ਹਨ, ਤੁਹਾਡੇ ਉੱਪਰ ਭਰੋਸਾ ਰੱਖਦੇ ਹਨ, ਉਹ ਲੋਕ ਕਦੇ ਵੀ ਇਕੱਲੇ ਨਹੀਂ ਹੁੰਦੇ। ਸੱਚਮੁੱਚ ਮੇਰੇ ਜ਼ਿੰਦਾ ਪਰਮੇਸ਼ੁਰ, ਜੋ ਲੋਕ ਫੌਰਨ ਦੇ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ, ਸੱਚਮੁੱਚ ਮੇਰੇ ਜ਼ਿੰਦਾ ਪਰਮੇਸ਼ੁਰ, ਜਾਂ ਆਪਣੇ ਘਰ ਤੋਂ ਦੂਰ ਰਹਿ ਕੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ, ਅੱਜ ਉਹ ਲੋਕ ਜਾਣਨ ਕਿ ਪਰਮੇਸ਼ੁਰ ਤੁਹਾਡਾ ਪਵਿੱਤਰ ਆਤਮਾ ਉਹਨਾਂ ਦੇ ਨਾਲ ਹੈ। ਇਹ ਲੋਕ ਅੱਜ ਤੋਂ ਕਦੇ ਵੀ ਇਕੱਲੇ ਨਹੀਂ ਰਹਿਣਗੇ, ਕਿਉਂ ਜੋ ਪਰਮੇਸ਼ੁਰ ਸੱਚਮੁੱਚ ਤੁਹਾਡੇ ਵਚਨ ਜ਼ਬੂਰ 38:9 ਦੇ ਵਿੱਚ ਲਿਖਿਆ, ਹੇ ਪ੍ਰਭੂ, ਮੇਰੀ ਸਾਰੀ ਇੱਛਾ ਤੇਰੇ ਸਾਹਮਣੇ ਹੈ ਅਤੇ ਤੇਰਾ ਘਰਾਣਾ ਤੇਰੇ ਤੋਂ ਛੁਪਿਆ ਹੋਇਆ ਨਹੀਂ ਹੈ। ਸੱਚਮੁੱਚ ਪਰਮੇਸ਼ੁਰ ਤੁਹਾਡੇ ਕੋਲੋਂ ਸਾਡੇ ਪ੍ਰਤੀ ਕੁਝ ਵੀ ਛੁਪਿਆ ਹੋਇਆ ਨਹੀਂ ਰਹਿੰਦਾ। ਅੱਜ ਮੇਰਾ ਵਿਸ਼ਵਾਸ ਹੈ, ਲੋਕ ਜਾਣ ਚੁੱਕੇ ਹਨ ਕਿ ਪਰਮੇਸ਼ੁਰ ਦਾ ਆਤਮਾ ਮੇਰੇ ਨਾਲ ਹੈ, ਔਰ ਜੋ ਲੋਕ ਅਜ਼ਾਮਿਨ ਬੋਲ ਰਹੇ ਹਨ, ਜ਼ਾਮਿਨ ਲਿਖ ਰਹੇ ਹਨ, ਜੋ ਵੀ ਦੁਸ਼ਟ ਨੇ ਇਹਨਾਂ ਦਾ ਚੁਰਾਇਆ ਹੈ, ਪਰਮੇਸ਼ੁਰ ਸੱਚਮੁੱਚ ਮੇਰਾ ਵਿਸ਼ਵਾਸ ਹੈ, ਤੁਸੀਂ ਸਭ ਚੁਰਾਏ ਨੂੰ ਅੱਜ ਵਾਪਸ ਦੇ ਚੁੱਕੇ ਹੋ ਮੂਲ ਸਪੇਤ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ। ਔਰ ਮੇਰੇ ਮਹਾਨ ਪ੍ਰਭੂ, ਜੋ ਲੋਕ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਕੇ ਪ੍ਰਭੂ ਤੁਹਾਡੇ ਰਾਜ ਦੀ ਸੇਵਾ ਨੂੰ ਕਰਦੇ ਹਨ, ਤੁਸੀਂ ਕਿਹਾ ਹੈ ਸੱਚਮੁੱਚ ਆਪਣੇ ਫਲ ਨੂੰ ਪ੍ਰਾਪਤ ਕਰਨਗੇ, ਉਹ ਫਲ ਆਪਣਾ ਪਾ ਚੁੱਕੇ ਹਨ ਯਿਸੂ ਦੇ ਨਾਮ 'ਚ। ਔਰ ਮੇਰੇ ਜ਼ਿੰਦਾ ਪ੍ਰਭੂ, ਜੋ ਲੋਕ ਪੜ੍ਹਾਈ ਲਈ, ਸੱਚਮੁੱਚ ਮੇਰੇ ਜ਼ਿੰਦਾ ਖੁਦਾ ਬਾਪ, ਤੁਹਾਡੇ ਕੰਮਾਂ ਲਈ, ਤੁਹਾਡੇ ਰਾਜ ਲਈ ਪ੍ਰਭੂ ਜੀ ਆਪਣੀ ਕਮਾਈ ਦੇ ਵਿੱਚੋਂ ਬੀਜ ਨੂੰ ਬੀਜ ਰਹੇ ਹਨ, ਤੁਸੀਂ ਜਾਣਦੇ ਹੋ ਪ੍ਰਭੂ ਇਹ ਬੀਜ ਕਿਸ ਕਮਾਈ ਦੇ ਵਿੱਚੋਂ ਆਇਆ ਹੈ। ਮੈਂ ਇਹਨਾਂ ਦੀ ਕਮਾਈ ਨੂੰ ਬਲੈਸ ਕਰਦਾ, ਮੈਂ ਇਹਨਾਂ ਦੇ ਹੱਥਾਂ ਨੂੰ ਬਲੈਸ ਕਰਦਾ, ਜਿਨ੍ਹਾਂ ਹੱਥਾਂ ਨੇ ਬੀਜਿਆ ਹੈ ਉਹ ਹੱਥ ਕਦੇ ਵੀ ਕਿਸੇ ਇਨਸਾਨ ਦੇ ਕੋਲੋਂ ਨਾ ਮੰਗਣ। ਸੱਚਮੁੱਚ ਪਰਮੇਸ਼ੁਰ ਉਹਨਾਂ ਦੇ ਹੱਥਾਂ ਦੇ ਕੰਮਾਂ ਦੇ ਉੱਪਰ ਬਰਕਤ ਠਹਿਰ ਜਾਵੇ, ਇਹ ਬੀਜ ਇਹਨਾਂ ਦੇ ਲਈ ਨਵੇਂ ਰਸਤਿਆਂ ਨੂੰ ਖੋਲ੍ਹੇ, ਇਹਨਾਂ ਦੀ ਸੋਚਣ ਤੋਂ ਵੀ ਵਧੀਕ ਪ੍ਰਭੂ ਤੁਹਾਡਾ ਆਤਮਾ ਇਹਨਾਂ ਦੇ ਜੀਵਨਾਂ ਦੇ ਵਿੱਚ ਕੰਮ ਕਰੇ। ਔਰ ਪਰਮੇਸ਼ੁਰ ਤੁਸੀਂ ਇੰਨਾ ਦੇਵੋਗੇ, ਮੇਰਾ ਵਿਸ਼ਵਾਸ ਹੈ ਕਿ ਇਹਨਾਂ ਦੇ ਕੋਲ ਰੱਖਣ ਦੇ ਲਈ ਜਗ੍ਹਾ ਨਹੀਂ ਹੋਵੇਗੀ। ਔਰ ਪਰਮੇਸ਼ੁਰ ਇਹ ਵਾਅਦਾ ਪੂਰਾ ਹੋ ਚੁੱਕਾ ਹੈ। ਔਰ ਪ੍ਰਭੂ ਸੱਚਮੁੱਚ ਜੋ ਲੋਕ ਪੜ੍ਹਾਈ ਲਈ, ਕੰਮਾਂ ਲਈ, ਘਰਾਂ ਤੋਂ ਨਿਕਲ ਰਹੇ ਹਨ ਰਸਤਿਆਂ 'ਚ, ਪਰਮੇਸ਼ੁਰ ਸੱਚਮੁੱਚ ਹਰੇਕ ਲਈ ਪ੍ਰਾਰਥਨਾ ਕਰਦਾ ਕਿ ਉਹ ਸਹੀ ਸਲਾਮਤ ਆਪਣੇ ਘਰਾਂ 'ਚ ਵਾਪਸ ਆਉਣ। ਧੰਨਵਾਦ, ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣ ਕੇ ਇਹਨਾਂ ਦਾ ਇਕੱਲਾਪਨ ਦੂਰ ਕੀਤਾ। ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਮੰਗਦੇ ਹਾਂ, ਆਮੇਨ।